İmam bu kamar kerende ben. Kibla bak, gadi bana yeşil acanayi. Gadi gün mari, aliya sen kime tobaerayi. Ay ay ay. Avaz gadi ronda ki onu yoş ki onu piyadi kan. Avaz sen mevi cinda hoa. Hüseyin imam bu kamar kerende. Mere jamman da maksat kiye Ali Hasan Hussein imam de khamet Sayyadari ne dadi de talle hath rakhe mun phera awaz hai Hussein ronda kyon hai awaz hai bhain Laila Muslim te aukhiyan ban gayiyan Ali hath baat kya de maula imam de mauze de naal minu kufe puja awaz hai gadi kya kare se awaz hai maula main sar birad jholi jalsa sayyid farmele zara bazar ich vek gadi ek kale burke ali mazdoor jholi kiti hoyi sayyid adi da awaz hai aao mera safir bachda ho ma rol gayi ne sabka sabka kibla gadi di kook nikli hai Radi ada di tamal zale sokte radi ne te muslim da dukhiya hale aya josh jala liyan wale nu piya wal wal tez sambhale awaz anda piya lut da شہید سید علی دا والا ہے حسین ویر جوڑی نال جوڑی کن گئی آئی امام نے دو انگلیاں کیتے سید علی نے ڈٹھا ہے محمد اور ابراہیم گلی دے موڑ تے آئے وڈا شہزادہ اگے آئی چھوٹا پیچھے آئی وڈے شہزادے دا مدینے نوں منہ پھر گیا سید کیڑی گل آواز آندا ہے نت مان کرندی ہاویں اماں تے ساڈے سامنے پے کے گھر دا میں دے ویر عباس دی تیگ کولوں ہے شام تے کوفہ ڈھل دا دوویں شہزادے ٹرن قبلہ ਛੋਟਾ ਸ਼ਾਹਜ਼ਾਦਾ ਆਵਾਜ਼ ਕਰਕੇ ਆਦੇ ਵੀਰ ਮੈਨੂੰ ਡਾਡੀ ਪਿਆਸ ਲੱਗੀ ਹੋਈ ਹੈ ਪਾਣੀ ਹੋਇਆ ਆਵਾਜ਼ ਕਰਕੇ ਆਦੇ ਹਾਏ ਪਾਣੀ ਵੱਡੇ ਸ਼ਾਹਜ਼ਾਦੇ ਮਜਬੂਰਾਂ ਨੇ ਇੱਕ ਦਰਵਾਜ਼ਾ ਖਟਕਾ ਅੰਦਰੋਂ ਮਾਈ ਬਾਹਰ ਆਈ ਸ਼ਾਹਜ਼ਾਦਾ ਆਵਾਜ਼ ਕਰਕੇ ਆਦੇ ਮਾਈ ਮੈਂ ਜਾ ਵੀਰ ਡਾਡਾ ਪਿਆਸਾ ਹੈ ਪਾਣੀ ਦਾ ਜਾਂਦੇ ਮਾਈ ਆਵਾਜ਼ ਕਰਕੇ ਆਦੀ ਹੈ ਪਹਿਲੇ ਮੈਨੂੰ ਇਹ ਦੱਸੋ ਤੁਸੀਂ ਕੌਣ ਆਵਾਜ਼ ਹੈ ਮਾਈ ਬਾਈ ਦੱਸੇ ਸਾਂ ਮੇਰਾ ਵੀ ਡਾਡਾ ਪਿਆਸਾ ਹੈ ਪਾਣੀ ਦਾ ਜਾਮ ਗਿੰਨਾ ਮਾਈ ਅੰਦਰ ਗਈ ਹੈ ਪਾਣੀ ਦਾ ਜਾਮ ਗਿਨ ਕੇ ਦਰਵਾਜ਼ੇ ਤੇ ਆ ਗਈ ਕਿਲਾ ਵੱਡਾ ਸ਼ਾਹਜ਼ਾਦਾ ਖਾਮੋਸ਼ ਹੈ ਛੋਟੇ ਨੇ ਪਾਣੀ ਦੇ ਜਾਮ ਛੱਤਾ ਮਾਈ ਆਵਾਜ਼ ਕਰਕੇ ਆਦੀ ਪਹਿਲੇ ਮੈਨੂੰ ਇਹ ਦੱਸੋ ਤੁਸੀਂ ਕੌਣ ਛੋਟਾ ਸ਼ਾਹਜ਼ਾਦਾ ਆਵਾਜ਼ ਕਰਕੇ ਆਦੇ ਮਾਈ ਅਸਾਂ ਮੁਸਲਮ ਦੇ ਪੁੱਤਰ ਆਏ ਮੁਸਲਮ ਬਿਨ ਨਕੀਲ ਦਾ ਨਾਮ ਆਇਆ ਹੈ ਉਸ ਕਮੀਲੀ ਔਰਤ ਨੇ ਪਾਣੀ ਜ਼ਮੀਨ ਦੇ ਅਮੀਰ ਛੋੜਾ ਹੈ ਆਵਾਜ਼ ਨਹੀਂ ਦੇਣਾ ਤੁਸੀਂ ਦੁਸ਼ਮਣ ਦੇ ਸ਼ਾਹਜ਼ਾਦੇ ਟਿੱਬਾ ਜਾ ਗਏ ਨੀ ਕੂਫੇ ਦੇ ਬਾਹਰੋਂ ਟਿੱਬੇ ਨੀ ਛੋਟਾ ਵੀਰ ਰੋ ਗਿਆ ਦੇ ਵੀਰ ਮੇਰੇ ਪੈਰਾਂ ਤੋਂ ਰੱਥ ਜਾਰੀ ਹੋ ਗਈ ਹੈ ਵੱਡੇ ਵੀਰਾਂ ਨੇ ਪੈਰ ਸਾਫ਼ ਕੀਤੇ
ਬੈਠੇ ਸਾਈ ਕੱਢਣ ਜਿਹੜੇ ਦੁਆਂ ਨੂੰ ਨੀਂਦ ਆ ਗਈ ਏ ਸੈਦ ਪਿਆਸੇਨ ਯਾ ਦੋਵੇਂ ਸ਼ਾਲਾ ਦੇ ਸਮਗਨ ਕੋਲੋਂ ਦੀ ਇੱਕ ਮਲਾਉਣ ਗੁਜ਼ਰੇ ਉਹਨੇ ਜਾ ਕੇ ਫੌਜਾਂ ਨੂੰ ਸੱਦਿਆ ਅਲਾਲੇ ਮੈਂ ਮੁਸਲਿਮ ਦੀ ਜੋੜੀ ਨੂੰ ਟਿੱਬੇ ਦੀ ਗਏ ਲੱਗ ਸੁੱਤਾ ਹੋਇਆ ਵੇਖ ਆਇਆ ਫੌਜਾਂ ਆ ਗਈਆਂ ਫੌਜਾਂ ਆ ਗਈਆਂ ਗਿਰ ਗੇਰਾ ਪਾਇਆ ਨੇ ਇੱਕ ਮਲਾਉਣ ਅੱਗਾ ਵੱਧ ਗਿਆ ਤੇ ਮੈਂ ਇਹੋ ਜੀ ਜੀ ਲੱਗਦੇ ਹਾਂ ਅੰਮਾ ਅੰਮਾ ਕਰਕੇ ਦੂਸਰਾ ਮਲਾਉਣ ਆਵਾਜ਼ ਕਰਕੇ ਆ ਜਾਏ ਮੈਂ ਇਹੋ ਜੀ ਜੀ ਲੱਗਦੇ ਹਾਂ ਮਾਂ ਦਾ ਨਾਮ ਹੀ ਭੁੱਲ ਵੰਜਣਾ ਇੱਕ ਮੁਸਲਮਾਨ ਖਲੋਤਾ ਹੀ ਆਵਾਜ਼ ਕਰਕੇ ਆ ਜਾਏ ਨਮਾਜ਼ੀ ਸਹੀ ਆਵੇ ਹੁਣੇ ਨਮਾਜ਼ ਵਾਸਤੇ ਜਾਗ ਸਨ ਉਹ ਕੁਛ ਤਾਂ ਹਯਾ ਕਰੋ ਯਾ ਵੱਡੇ ਵੀਰਾ ਦੀ ਅੱਖ ਖੁੱਲੀਏ ਵੱਡੇ ਵੀਰਾ ਨੇ ਗਿਰ ਸੋ ਜਾ ਨਿੱਛੀ ਆਸਮਾਨ ਤੋਂ ਮੂੰਹ ਕਰਕੇ ਆਦਾ ਮੇਰੇ ਅੱਲਾ ਅਸਾਂ ਸਮਝ ਗਿਆ ਤਕਦੀਰ ਵਤਨ ਤੇ ਨਹੀਂ ਵੰਜਣ ਦੇਂਦੀ ਮੈਂ ਜਗਾਨਾ ਤੁਸੀਂ ਪਿਛਾਣ ਪੰਜੋ ਜਿਹੜੇ ਸ਼ਾਹਜ਼ਾਦੇ ਨੇ ਸਾਨੂੰ ਤੇ ਸਰ ਰੱਖਿਆ ਦੂਰ ਪੁੱਜੀਏ ਆਵਾਜ਼ ਕਰਕੇ ਆ ਦੇ ਵੀਰ ਓਏ ਉੱਠ ਉੱਠੀ ਓਏ ਵੀਰ ਸੰਮਣ ਦੇ ਵੇਲੇ ਗੁਜ਼ਰ ਗਏ ਨੀ ਜਿਹੜੇ ਛੋਟਾ ਸ਼ਾਹਜ਼ਾਦਾ ਜਾਖਾਂ ਬੰਨਦੇ ਆਵਾਜ਼ ਕਰਕੇ ਆ ਦੇ ਆਵਾਜ਼ ਕਰਕੇ ਆ ਦੇ ਅੰਮਾ ਪਾਣੀ ਵੱਡੇ ਦਾ ਮਦੀਨੇ ਨੂੰ ਮੂੰਹ ਫਿਰ ਗਿਆ ਮਦੀਨੇ ਰਹਿ ਗਈ ਆਈ ਹਾਏ ਸਦਕਾ ਸਦਕਾ ਦੋ ਮਲਾਉਣ ਲੱਗਾ ਵਜਨ ਦੂਆਂ ਨੇ ਵੱਡੇ ਸ਼ਾਹਜ਼ਾਦੇ ਦੇ ਸਰ ਤੇ ਹੱਥ ਰੱਖਿਆ ਛੋਟੇ ਸ਼ਾਹਜ਼ਾਦੇ ਦੇ ਸਰ ਤੇ ਹੱਥ ਰੱਖ ਦੂਆਂ ਹੱਥ ਉੱਚਾ ਦੋਵੇਂ ਸ਼ਾਹਜ਼ਾਦੇ ਨਾਲੇ ਨਾਲੇ ਉੱਠੀ ਆਏ ਵੱਡੇ ਦਾ ਵਾਲ ਹੈ ਮੇਰੇ ਵੀਰ ਦੇ ਵਾਲ ਛੋੜ ਦੇ ਸਾਡਾ ਇੱਕ ਵਾਲ ਟੁੱਟੇ ਮਾਰਾ ਤੱਕ ਦੂਆਂ ਸ਼ਹਿਜ਼ਾਦਿਆਂ ਨੂੰ ਗੋਲਿਆਂ ਦੇ ਅੱਗੋਂ ਵਜੀਂਦੇ ਆਏ ਸ਼ਹਿਜ਼ਾਦੇ ਥੱਕੇ ਥੀ ਹੋਣਾ ਇਹ ਜ਼ਾਲਮ ਤਾਲੀਆਂ ਨੇ ਮਾਰਨਾ ਸ਼ਹਿਜ਼ਾਦੇ ਕਾਇਦੇ ਨੇ ਅੱਠਵੇਂ ਪੈਰ ਰੋਟੀ ਅਦਰਾਤ ਦੇ ਟਾਈਮ ਤੇ ਕਾਲੇ ਬੁਰਕੇ ਵਾਲੀ ਮਸੂਰ ਆਵਾਜ਼ ਆਏ ਹਾਏ ਉਹ ਜ਼ਾਲਮ ਜ਼ਮਾਨਾ ਲੋਕਾਂ ਦੇ ਬਾਲ ਖਾਣੇ ਖਾਵਣ ਸਾਡੇ ਬਾਲ ਭੁੱਖੇ ਸਮਣ ਇਹ ਤਵਾਂਗ ਹੀ ਨਾਏ ਵੱਡੇ ਸ਼ਹਿਜ਼ਾਦੇ ਮਸ਼ਕੂਰ ਆਵਾਜ਼ ਕਰਕੇ ਯਾਦ ਹੈ ਆਵਾਜ਼ ਆ ਲੈ ਸ਼ਹਿਜ਼ਾਦਾ ਖਾਣਾ ਖਾ ਆਵਾਜ਼ ਹੈ ਜਿਹਨਾਂ ਦੇ ਵੀਰ ਮਰ ਵੰਜਣ ਉਹਨਾਂ ਨੂੰ ਖਾਣੇ ਯਾਦ ਰਹਿੰਦੇ ਸਦਕਾ 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 ਕਿਲਾ ਮਸ਼ਕੂਰ ਕਰੀਬ ਆਇਆ ਆਵਾਜ਼ ਹੈ ਮੈਂ ਨਬਜ਼ ਚੈੱਕ ਕਰੀਂਦਾ ਜਿਹੜੇ ਨਬਜ਼ ਚੈੱਕ ਕੀਤੀ ਆਈ ਆਵਾਜ਼ ਕਰਕੇ ਆ ਲੈ ਜਾਂ ਜ਼ਿੰਦਾ ਹੈ ਆਵਾਜ਼ ਹੈ ਮਿਹਰਬਾਨੀ ਕਰ ਆਪਣੀ ਸੌਜਾ ਬੁਲਾ ਦੀਆਂ ਬੁਲਾ ਮਸਨੂਈ ਮਾਂ ਬਣਾ ਕਿਬਲਾ ਮਸ਼ਕੂਰ ਮੋਮਨ ਆਈ ਆਪਣੇ ਘਰ ਜਾ ਕੇ ਆਪਣੀ ਸੌਜਾ ਨੂੰ ਨਾਲ ਲੈ ਦੀਆਂ ਨੂੰ ਨਾਲ ਲੈ ਕੇ ਕਰੀਬ ਆਇਆ ਜਿਹੜੇ ਜੇਲ੍ਹ ਦੇ ਅੰਦਰ ਆਏ ਸ਼ੀਆ ਸੁਣੀਓ ਮਰ ਵੰਜੂ ਆ ਸਹੀਦਾਂ ਦੇ ਦਰਦ ਨਾ ਪੜੂ ਆ ਜਿਹੜੇ ਮਸ਼ਕੂਰ ਦੀ ਸੌਜਾ ਸਰਾਂਦੀ ਵਾਲੇ ਪਾਸੇ ਬਹਿ ਗਈ ਆਵਾਜ਼ ਕਰਕੇ ਆ ਦੀਏ ਬੱਚਾ ਜਾਗ ਨਾ ਮਿਲਣ ਆਈ ਮਸ਼ਕੂਰ ਦੀ ਆਵਾਜ਼ ਕਰਕੇ ਆ ਦੀਏ ਫਿਰਾ ਜਾਗ ਸੁਬਾਈ ਦਾਇਨ ਹਾਏ ਸੁਬਾਈ ਦਾਇਨ ਸ਼ਹਿਜ਼ਾਦੇ ਦੀ ਅੱਖ ਖੁੱਲੀਏ ਸ਼ਹਿਜ਼ਾਦਾ ਆਵਾਜ਼ ਕਰਕੇ ਆ ਦੇ ਤੂੰ ਮੇਰੀ ਮਾਂ ਨਹੀਂ ਰਾਤ ਮੈਨੂੰ ਮਾਂ ਖਾਬ ਵਿੱਚ ਮਿਲੀ ਆਈ ਜਿਹੜੇ ਮੈਨੂੰ ਮਾਂ ਖਾਬ ਵਿੱਚ ਮਿਲੀ ਆਈ
ਮੇਰੀ ਮਾਂ ਦੇ ਸਰ ਤੇ ਚਾਦਰ ਕੋਈ ਮੈਂ ਅੰਮ੍ਰਿਤਸਰ ਵਿੱਚ ਕਿਲ੍ਹਾ ਮਸ਼ਕੂਰ ਦੂਆਂ ਸ਼ਹਿਜ਼ਾਦਿਆਂ ਨੂੰ ਰਹਾ ਕਰ ਦਿੱਤਾ ਈ ਮਸ਼ਕੂਰ ਨੂੰ ਇਹਨਾਂ ਜ਼ਾਲਮਾਂ ਕਤਲ ਕਰ ਦਿੱਤਾ ਈ ਹਾਰਸ ਮਲਾਉਣ ਦੇ ਗਰ ਤਕਦੀਰ ਸਈਦਾਂ ਨੂੰ ਗਿਣਾਈ ਮਦੀਨੇ ਨਹੀਂ ਬਣ ਸਕੇ ਕਿਲ੍ਹਾ ਹਾਰਜ਼ੀ ਲੋ ਜੰਮੋਂ ਆਈ ਸੋਹਣੇ ਖਾਣੇ ਖਵਾ ਦੂਆਂ ਸ਼ਹਿਜ਼ਾਦਿਆਂ ਨੂੰ ਸਮਾ ਛੋੜਾਈ ਨੁਕਰਾਨੀ ਨੂੰ ਆਦੀਏ ਇਹੋ ਸਮਝ ਸਾਡੇ ਹਵੇਲੀ ਸਾਡੇ ਘਰ ਛੱਸਨ ਹੁਸੈਨ ਆ ਗਏ ਦੋਵੇਂ ਸਮਝ ਹਾਰਸ ਮਲਾਉਣ ਜਲੇ ਅੱਧ ਰਾਤ ਦੇ ਟਾਈਮ ਤੇ ਆਇਆ ਹੈ ਆਵਾਜ਼ ਮੈਨੂੰ ਖਾਣਾ ਦੇ ਪਾਣੀ ਦੇ ਸਾਰਾ ਡੀ ਮੈਂ ਮੁਸਲਿਮ ਦੀ ਜੋੜੀ ਨੂੰ ਭੁਲਿੰਦਾ ਰਿਹਾ ਮੈਨੂੰ ਨਜ਼ਰ ਨਹੀਂ ਆਈ ਬੜੀ ਨਾਮ ਆਤਮਿਸ ਲੋ ਜਮਾਨ ਆਈ ਆਵਾਜ਼ ਕਰਕੇ ਆਦੀ ਜ਼ਾਲਮ ਸ਼ਖਸ ਇਹ ਤੈਨੂੰ ਯਾਰ ਮੇਰੇ ਪੀਰ ਗਾਦੀ ਬਣਵਾ ਕੇ ਦਿੱਤਾ ਇਹ ਮੇਰੇ ਪੀਰ ਗਾਦੀ ਬਣਵਾ ਕੇ ਦਿੱਤਾ ਕੋਈ ਤਾਂ ਯਾਦ ਕਰ ਜਿਹੜੇ ਥੋੜੀ ਦੇਰ ਗੁਜ਼ਰੀ ਆਈ ਯਾਰ ਰੋਮਨ ਦਾ ਆਵਾਜ਼ ਆਇਆ ਇਹਨੇ ਘਰ ਚ ਦੌੜਨਾ ਸ਼ੁਰੂ ਕੀਤਾ ਕਿਲਾ ਸੋਜਾ ਨੂੰ ਆ ਤਾਂ ਮੇਰੇ ਘਰ ਚੋਂ ਆਵਾਜ਼ ਪਈ ਜਾਂਦੀ ਆਵਾਜ਼ ਹੈ ਹਮਸਾਇਆ ਦੇ ਬੱਚਿਓ ਜਿਹੜੇ ਤੇਰੀਆਂ ਪੌੜੀਆਂ ਚੜ੍ਹ ਜਿਹੜੇ ਦਰਵਾਜ਼ੇ ਦੀ ਕਰੀਬ ਆਏ ਅੰਦਰੋਂ ਆਵਾਜ਼ ਆਉਂਦੀ ਪਈ ਆਈ ਇਹਨੇ ਤਾਲਾ ਤੋੜ ਤਾਲਾ ਤੋੜ ਕੇ ਅੰਦਰ ਆਇਆ ਇਹਨੇ ਇਹੋ ਜਿਹਾ ਸਈਦਾਂ ਨੂੰ ਪਿਆਰ ਕੀਤਾ ਇਹਨੇ ਵੱਡੇ ਵੀਰਾਂ ਨੂੰ ਤਮਾਚਾ ਮਾਰਿਆ ਸ਼ਰਾਰਾ ਜ਼ਮੀਨ ਤੇ ਜਣਾਈ ਛੋਟੇ ਵੀ ਰਾਹ ਦੀ ਪਿਛਾਨੀ ਵੀਰ ਮੈਂ ਡਾਡਾ ਜ਼ਖਮੀ ਥੀ ਗਿਆ ਦੂਆਂ ਨੂੰ ਪਿੱਲਾਂ ਦੇ ਨਾਲ ਬੰਦ ਛੋੜਾ ਸੁਬੋਈ ਦਰਿਆ ਦੇ ਕਿਨਾਰੇ ਤੇ ਗਿਲਣਾ ਮੁਸਲਮਾਨ ਕੁਰਬਾਨੀਆਂ ਦੇ ਜਾਨਵਰਾਂ ਦੇ ਗੱਲਾਂ ਚ ਰੱਸੀਆਂ ਪਾ ਕੇ ਲੈ ਜਾਂਦੇ ਪਏ ਆਏ ਇਹਨੇ ਦੂਆਂ ਸ਼ਹਿਜ਼ਾਦਿਆਂ ਦੇ ਗੱਲਾਂ ਰੱਸੀ ਪਾਈ ਹੋਈ ਹੈ ਦਰਿਆ ਦੇ ਕਿਨਾਰੇ ਤੇ ਗਿਲਣਾ ਹੈ ਆਵਾਜ਼ ਕਰਕੇ ਆਦੇ ਸ਼ਾਲਾ ਦਾ ਚੋਲਾ ਲਹਾ ਸੈਦ ਆਵਾਜ਼ ਕਰਕੇ ਆਦੇ ਅਸਾਂ ਸੈਦ ਆਏ ਤੈਂ ਕੌਣ ਹੈ ਅਸਾਂ ਪੁਸ ਵੰਜਣਾ ਹੈ ਚੋਲੇ ਨਾਲ ਸੈਦ ਆਦਾ ਜੇ ਲਹਾ ਜਾ ਚੋਲਾ ਖਾਨਦਾਨੇ ਗਾਹਾਂ ਇੱਕ ਦੰਗ ਸਲਵਾਰ ਪੜ੍ਹ ਦਿੱਤਾ ਇਹ ਥੇ ਰਹਿਮ ਮਸਾਇਬ ਜਨਾਬ ਸੈਯਦ ਸਜਾਦ ਹੁਸੈਨ ਸ਼ਾਹ ਸਾਹਿਬ ਅਬ ਮੈਂ ਮਰਦਮੇ ਸੋਹਦੀ ਮੈਂ ਸ਼ਾਹ ਬੁਲਾਇਆ ਜਨਾਬ ਸੈਯਦ ਇਬਨ ਹਸਨ ਰਿਜ਼ਵੀ ਸਾਹਿਬ ਸੇ ਕਿ ਵਾਹ ਅਤਾ ਫਰਮਾਏ ਖਾਨਦਾਨੇ ਗਾਹਾਂ ਇੱਕ ਦੰਗ ਸਲਵਾਰ ਪੜ੍ਹ ਦਿੱਤੀ آج چار محرم الحرام مجلس سے لا کے اختتام کے اوپر شبیہ مہدی شہزادہ قاسم کی برامدی ہوگی پانچ محرم الحرام مجلس سے لا کے اختتام کے اوپر شبیہات تغول اون محمد کی برامدی ہوگی چھ محرم الحرام مجلس سے لا کے اختتام کے اوپر شبیہ علم شہزادہ عباس کی برامدی ہوگی سات محرم الحرام مجلس سے لا کے اختتام کے اوپر شبیہ گوالا شہزادہ علی اسکر اور شبیہ تابو شہزادی سکینہ بدر حسین کی برامدی ہوگی آٹھ محرم الحرام مجلس سے کے اختتام کے اوپر شبیہ تابوت شہزادہ اکبر کی برامدی ہوگی نو محرم الحرام ٹھیک دس بجے شبیہ ذوالجنہ کی برامدی ہوگی اور ٹھیک رات بارہ بجے مجلس سے شبیہ عاشور کا آغاز ہوگا جس کے اختتام کے اوپر اذان اکبر کی ادائیگی ہوگی دس محرم الحرام مجلس سے کے اختتام کے اوپر مجلس شام غریبہ برپا ہوگی اور ماتم داری ہوگی خاندان زہرہ پر بلند صلوات پڑھ دیجیے جناب سید ابن حسن رضوی صاحب
الشيطان الرجيم بسم الله الرحمن الرحيم الحمد